गुड मॉर्निंग एवरीवन कैसे हैं आप सब लोग अच्छा जी हाँ हमारी एप्टीट्यूड की नेक्स्ट सीरीज़ थी जी हमारा ये फिफ्थ जर्नल नॉलेज का फिफ्थ लेक्चर है ठीक है जी देखें इसमें चलो हम नेक्स्ट करते हैं हम इसमें क्वेश्चंस जो हैं दैट इज़ फर्स्ट क्वेश्चन देखिए हमारा क्या है विच इंस्ट्रूमेंट इज़ यूज टू मैर इलेक्ट्रिक करंट कौन सा ऐसा ਯੰਤਰ ਹੈ ਜੋ ਬਿਜਲੀ ਧਾਰਾ ਮਾਪਣੇ ਕੇ ਕੰਮ ਆਤਾ ਹੈ। ਥੈਟ ਇਜ਼ ਬਿਜਲੀ ਧਾਰਾ ਮਾਪਣ ਵਾਲਾ ਯੰਤਰ ਕਿਹੜਾ ਹੈ ਜੀ ਜਿਹੜਾ ਬਿਜਲੀ ਧਾਰਾ ਨੂੰ ਮਾਪਦਾ ਏ। ਉਹ ਯੰਤਰ ਦਾ ਕੀ ਨਾਮ ਹੈ ਜੀ ਉਹਨੂੰ ਆਪਾਂ ਕਹਿੰਦੇ ਐ ਐਮੀਟਰ। ਹੁਣ ਇੱਕੇ ਦੇ ਚ ਧਿਆਨ ਰੱਖਣਾ ਹੈ ਗੱਲ ਇੱਕ ਹੁੰਦੀ ਐ ਐਮੀਟਰ ਇੱਕ ਹੁੰਦਾ ਹੈ ਗਲਵੈਨੋਮੀਟਰ ਦੋਨਾਂ ਚ ਕੀ ਫਰਕ ਹੈ? ਐਮੀਟਰ ਤਾਂ ਕੁਆਂਟੀਟੀ ਮਾਪਦਾ ਕਿੰਨੀ ਕਰੰਟ ਦੀ ਹੈ। ਜਿਹੜੀ ਸਮਾਲ ਅਮਾਉਂਟ ਆਫ ਕਰੰਟ ਜਿਹੜਾ ਹੈ ਗਲਵੈਨੋਮੀਟਰ ਮਾਪਦਾ। ਇਹ ਜ਼ਿਆਦਾਤਰ ਇਹ ਮਾਪਦਾ ਗਲਵੈਨੋਮੀਟਰ ਈ ਕਰੰਟ ਹੈਗਾ ਕਿ ਨਹੀਂ ਸਿਰਫ ਇਹ ਦੇਖਣ ਦੇ ਕੰਮ ਆਂਦਾ ਹੈ ਜਿਹੜਾ ਐਮੀਟਰ ਹੈ ਮਾਪਦਾ ਕਿੰਨਾ ਕਰੰਟ ਹੈ ਠੀਕ ਹੈ ਜੀ ਜਿਹੜਾ ਵੋਲਟਮੀਟਰ ਹੈ ਉਹ ਵੋਲਟੇਜ ਮਾਪਦਾ ਹੈ ਠੀਕ ਹੈ ਜੀ ਲੱਗ ਗਿਆ ਜੀ ਪਤਾ ਵੋਲਟਮੀਟਰ ਜਿਹੜਾ ਹੈ ਵੋਲਟੇਜ ਮਾਪਦਾ ਹੈ ਗਲਵੈਨੋਮੀਟਰ ਸਮਾਲ ਅਮਾਉਂਟ ਆਫ ਕਰੰਟ ਮਾਪਦਾ ਹੈ ਜਿਹੜਾ ਐਮੀਟਰ ਹੈ ਉਹ ਪ੍ਰੋਪਰ ਕੁਆਂਟੀਟੀ ਆਫ ਕਰੰਟ ਐਮੀਟਰ ਮਾਪਦਾ ਹੈ ਅਗਲਾ ਦੇਖੋ ਜੀ ਕਹਿੰਦਾ ਅਗਲਾ ਅਗਲਾ ਚਿੱਤਰ ਕਿ ਆ ਬਣੂਗਾ ਦੇਖੋ ਪਹਿਲਾ ਇਹ ਜੀ 1 ਹੈ ਫਿਰ 2 ਹੋ ਗਏ ਫਿਰ 3 ਹੋ ਗਏ ਲਾਈਨਾਂ ਬਾਹਰ ਨੂੰ ਫਿਰ 4 ਹੋ ਗਈਆਂ ਅੱਗੇ 5 ਹੋਣੀਆਂ ਲਾਈਨਾਂ ਦੇਖੋ ਆਜੂ 5 ਲਾਈਨਾਂ ਵਾਲਾ ਆਪੇ ਈੜੀ ਭਾਗ ਦੇਖੋ ਸਹੀ ਏ ਉਸ ਤੋਂ ਅਗਲਾ ਤਰਬੂਜ਼ ਦੇ ਚਾਰੇ ਕੋਨਾਂ ਦਾ ਜੋੜ ਕਿੰਨਾ ਹੁੰਦਾ ਇਹ ਤੁਹਾਨੂੰ ਮੈਂ ਪਹਿਲਾਂ ਵੀ ਕਰਾਇਆ ਸੀ 360 ਡਿਗਰੀ ਜੇ ਨਾ ਯਾਦ ਰਵੇ ਆ ਫਾਰਮੂਲਾ ਯਾ ਰੱਖੋ n 2 180 n ਹੈਗਾ ਸਾਈਡਾਂ ਜਿਵੇਂ ਹੁਣ n ਇਹਦੇ ਚ ਚਤਰਭੁਜ ਕਿੰਨੀਆਂ ਸਾਈਡਾਂ ਹੁੰਦੀਆਂ ਚਾਰ ਜੇ ਚ ਚਾਰ ਲਿਖਾਂਗੇ 4 2 180 ਕਿੰਨਾ ਆਜੂਗਾ 360 ਡਿਗਰੀ ਇਹਦਾ ਆਨਸਰ ਆਜੂਗਾ ਚਤਰਭੁਜ ਦੇ ਚਾਰੋਂ ਕੋਣਾਂ ਜੋੜ ਕਿੰਨਾ ਹੁੰਦਾ 360 ਡਿਗਰੀ ਹੁੰਦਾ ਹੈ ਅਗਲਾ ਹੀ ਹੈਜ਼ ਅ ਬੈਟ ਚ ਬੈਟ ਕੀ ਚੀਜ਼ ਹੈ ਜੀ ਬੈਟ ਇੱਕ ਨਾਉਨ ਹੁੰਦਾ ਹੈ ਬੈਟ ਕੀ ਹੈ ਨਾਉਨ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੌਣ ਹਨ ਕੈਪਟਨ ਅਮਰਿੰਦਰ ਸਿੰਘ ਹਨ ਇਸ ਤੋਂ ਪਹਿਲਾਂ ਗਿਹੜੇ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਠੀਕ ਹੈ ਜੀ ਤੇ ਪਹਿਲੀ ਮੁੱਖ ਮੰਤਰੀ ਕੌਣ ਸੀਗੀ ਆਪਣੇ ਪੰਜਾਬ ਦੀ ਏ ਵੀ ਬੀਬੀ ਰਜਿੰਦਰ ਕੌਰ ਪੱਠਲ ਪਹਿਲੀ ਪੰਜਾਬ ਦੀ ਮੁੱਖ ਮੰਤਰੀ ਸੀਗੀ ਲੇਡੀ ਮੁੱਖ ਮੰਤਰੀ ਸੌਰੀ ਪਹਿਲੀ ਮੁੱਖ ਮੰਤਰੀ ਨਹੀਂ ਪਹਿਲੀ ਲੇਡੀ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਲ ਤੇ ਸ਼੍ਰੀ ਨਰਿੰਦਰ ਮੋਦੀ ਕੌਣ ਨੇ ਆਪਣੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਨੇ ਦੇ ਕਹਿੰਦਾ ਇਹਨੂੰ ਪੂਰੇ ਕਰੋ ਦੇਖੋ ਇੱਕ ਦਾ ਏ 90 ਡਿਗਰੀ ਰੋਟੇਟ ਹੋਇਆ ਇਧਰ ਨੂੰ 90 ਡਿਗਰੀ ਰੋਟੇਟ ਹੋ ਗਈ ਨੇ ਐਵੇਂ ਬਣ ਜਾਣਾ ਸੀਗਾ ਨਾ ਦੇਖੋ ਐਵੇਂ ਇਹਦੇ ਨਾਲ ਇੱਕ ਹੋਰ ਬਣ ਗਿਆ ਚੱਕਰ ਇਹਨੇ ਹੁਣ ਫੇਰ 90 ਡਿਗਰੀ ਰੋਟੇਟ ਹੋਣਾ ਇਧਰ ਨੂੰ ਦੇਖੋ ਜੇ 90 ਡਿਗਰੀ ਐ ਰੋਟੇਟ ਹੋਊਗਾ ਐਵੇਂ ਦਾ ਐਵੇਂ ਰਹਿ ਕੇ ਐਵੇਂ ਬਣ ਜਾਊਗਾ ਤੇ ਇਹਦੇ ਚ ਹੀ ਖੋਰ ਆ ਜਾਊਗਾ ਗੋਲਾ ਐਵੇਂ ਦੇਖੋ ਇਹਦਾ ਆਨਸਰ ਕੀ ਆਊਗਾ ਪਹਿਲਾਂ ਹੀ ਆਊਗਾ ਉਹਦਾ ਦੇਖੋ ਸਹੀ ਹੈ ਚਲਿਏ ਜੀ ਅੱਗੇ ਚਲੋ ਕਹਿੰਦਾ ਜੀ ਇਕਾਂ ਬਹੁਤ ਵਧੀਆ ਸੁਝਾਏ ਇਹਨਾਂ ਦਾ ਕਿ ਸੇਵ ਦੀ ਨੇਚਰ ਸੇਵ ਯੂਰ ਲਾਈਫ ਜੇ ਤੁਸੀਂ ਨੇਚਰ ਨੂੰ ਸੰਭਾਲ ਕੇ ਰੱਖੋਗੇ ਤਾਂ ਹੀਓ ਤੁਸੀਂ ਆਪਣੀ ਜ਼ਿੰਦਗੀ ਸੰਭਾਲ ਸਕਦੇ ਹੋ ਤੁਹ ਤੁਸੀਂ ਦੇਖਿਆ ਹੋਣਾ ਉੱਤਰਾਖੰਡ ਦੇ ਵਿੱਚ ਅੱਡਾ ਬੜਾ ਕੁਝ ਹੋ ਗਿਆ ਉਹਨੇ ਇਹ ਸਿਗਨਲ ਨੇ ਜੀ ਆਪਣੇ ਜਿਹੜਾ ਜਿੰਨਾ ਵੀ ਨੇਚਰ ਨੂੰ ਸਾਭ ਕੇ ਰੱਖੋਗੇ ਤਾਂ ਬਹੁਤ ਜ਼ਿਆਦਾ ਦੂਰ ਤੱਕ ਆਪਾਂ ਲਾਈਫ ਸਰਵਾਈਵ ਕਰੂਗੀ ਹਿਊਮਨ ਬੀਇੰਗ ਨਹੀਂ ਤਾਂ ਬਹੁਤ ਔਖੀ ਹੈ ਜੀ ਚਲੋ ਅੱਗੇ ਦੇਖੀਏ ਐ ਨੈਕਸਟ ਕੰਗਾਰੂ ਕਿਸ ਦਾ ਰਾਸ਼ਟਰੀ ਜਾਨਵਰ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੁਣੇ ਆਸਟ੍ਰੇਲੀਆ ਤੇ ਇੰਡੀਆ ਦੇ ਆਸਟ੍ਰੇਲੀਆ ਦੀ ਟੈਸਟ ਸੀਰੀਜ਼ ਹੋ ਗਈ ਹੱਟੀ ਹੈ ਤੇ ਇੰਡੀਆ ਜਿੱਤਿਆ ਸੀ ਉਹ ਟੈਸਟ ਸੀਰੀਜ਼ ਮੇਰੇ ਖਿਆਲ ਨਾਲ 2-1 ਨਾਲ ਸ਼ਾਇਦ ਤੇ ਉਹਦੇ ਵਿੱਚ ਕੰਗਾਰੂ ਕਿਹਦਾ ਰਾਸ਼ਟਰੀ ਜਾਨਵਰ ਹੈ ਆਸਟ੍ਰੇਲੀਆ ਦਾ ਹੈ ਠੀਕ ਹੈ ਜੀ ਇੰਡੀਆ ਦਾ ਕਿਹੜਾ ਮੈਨੂੰ ਕਮੈਂਟ ਬਾਕਸ 'ਚ ਮੈਸੇਜ ਕਰਕੇ ਦੱਸਿਓ ਕਤੂਬ ਮਨਾਲਦੀ ਉਸਾਰੀ ਕਿਸ ਨੇ ਕਰਵਾਈ ਸੀ ਕਤੂਬਦੀਨ ਐਬਕ ਨੇ ਕਤੂਬ ਮਨਾਲਦੀ ਉਸਾਰੀ ਕਰਵਾਈ ਸੀ ਤੇ ਆਹ ਕੁਸ਼ਨ ਥੋੜਾ ਗਲਤ ਹੈ ਜੀ ਇਹਨੂੰ ਛੱਡਦੀ ਹਾਂ ਅਗਲਾ ਜੀ ਅੱਗੇ ਦੇਖੋ ਇੱਕ ਆਹ ਹੈ ਸਫਲਤਾ ਤੇ ਆਰਾਮ ਜ਼ਿੰਦਗੀ ਵਿੱਚ ਕਦੇ ਵੀ ਇਕੱਠੇ ਨਹੀਂ ਹੁੰਦੇ ਜਾਂ ਤਾਂ ਆਰਾਮ ਕਰ ਲੋ ਜਾਂ ਸਫਲਤਾ ਪਾਲੋ ਪਾਲੋ ਦੋਨੋਂ ਇਕੱਠੇ ਨਹੀਂ ਹੁੰਦੇ ਜਿਹੜੇ ਅੱਧੇ ਬੰਦੇ ਸੁੱਤੇ ਪਏ ਹੋਣੇ ਇਸ ਟਾਈਮ ਜਿਹੜੇ ਬੰਦੇ ਜਾਗ ਕੇ ਪੜ੍ਹਦੇ ਹੋਣਗੇ ਉਹਨਾਂ ਨੂੰ ਸਫਲਤਾ ਮਿਲੂਗੀ ਉਹ ਆਰਾਮ ਕਰਦੇ ਉਹਨਿਆਂ ਆਰਾਮ ਤੇ ਸਫਲਤਾ ਕਦੇ ਇਕੱਠੇ ਨਹੀਂ ਮਿਲਦੀ ਅੰਤਰਰਾਸ਼ਟਰੀ ਯੋਗ ਦਿਵਸ ਇੰਟਰਨੈਸ਼ਨਲ ਯੋਗ ਦਿਵਸ ਜਿਸ ਦੇ ਕਾਰਨ ਆਪਣਾ ਪੂਰੇ ਆਲ ਓਵਰ ਵਰਲਡ ਦੇ ਵਿੱਚ ਆਪਣਾ ਇੰਡੀਆ ਦਾ ਲੋਹਾ ਮੰਨਦਾ ਹੈ ਉਹ ਯੋਗ ਦਿਵਸ ਕਰਕੇ ਹੈ ਇਹ ਕਦੋਂ ਹੈ ਜੀ 21 ਜੂਨ ਨੂੰ ਹੁੰਦਾ ਹੈ ਜੀ ਇੰਟਰਨੈਸ਼ਨਲ ਯੋਗਾ ਡੇ ਮਾਈਕਰੋਸਕੋਪ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ ਨੇੜੇ ਦੀਆਂ ਤੇ ਛੋਟੀਆਂ ਵਸਤੂਆਂ ਦੇਖਣ ਲਈ ਆਪਾਂ ਮਾਈਕਰੋਸਕੋਪ ਦੀ ਵਰਤੋਂ ਕਰਦੇ ਆ ਜਾਂਦਾ ਜੀ ਮਾਈਕਰੋਸਕੋਪ ਅਗਲਾ ਕਹਿੰਦਾ ਈ ਦੱਸੋ ਜਿਹੜਾ ਲੈਟਰ ਹੈ ਕਿਦੇ ਕਿਹੜੇ ਉਹਦੇ ਵਿੱਚ ਛਿਪਿਆ ਹੋਇਆ ਆ ਦੇਖੋ ਇਹਦੇ ਚ ਤਾਂ ਈ ਆਣਾ ਨਹੀਂ ਇੱਥੋਂ ਵੀ ਨਹੀਂ ਜਿਵੇਂ ਮਰਜ਼ੀ ਭਟੇਲੋ ਈ ਨਹੀਂ ਬੰਨਣਾ ਇੱਥੋਂ ਵੀ ਨਹੀਂ ਬੰਨਣਾ ਇਹਦੇ ਚ ਦੇਖੋ ਆ ਦੇਖੋ ਵਿੱਚ ਪਿਆ ਈ ਧਿਆਨ ਨਾਲ ਦੇਖੋ ਇਹਦੇ ਅੰਦਰ ਈ ਪਿਆ ਤਾਂ ਇੱਥੋਂ ਬਣੂਗਾ ਜੀ ਆਹ ਆਨਸਰ ਹੈ ਜੀ ਇਹਦਾ ਠੀਕ ਹੈ ਜੀ ਚੱਲੀ ਅੱਗੇ ਪਾਣੀ ਦਾ ਫਾਰਮੂਲਾ ਕੀ ਹੈ ਪਾਣੀ ਦਾ ਫਾਰਮੂਲਾ ਹੁੰਦਾ H2O ਪਾਣੀ ਦਾ H2O ਕਾਰਬਨ ਡਾਈਆਕਸਾਈਡ ਦਾ ਕੀ ਹੁੰਦਾ CO2 ਕਾਰਬਨ ਮੋਨੋਆਕਸਾਈਡ ਦਾ ਕੀ ਹੁੰਦਾ CO ਠੀਕ ਹੈ ਜੀ ਅੱਗੇ ਕਹਿੰਦਾ ਆ ਆਪਾਂ ਦਿੱਤਾ ਹੈ ਕਹਿੰਦਾ ਇਹ ਚ ਕਿੰਨੇ ਕਯੂਬ ਨੇ ਦੇਖੋ ਇਹ ਚ ਆਪਾਂ ਘਣਾਵ ਪਤਾ ਕਰਨ ਨੇ ਜਾਂ ਘਣ ਜਾਂ ਕਨਾਵ ਦੇਖੋ ਇੱਥੋਂ ਪਹਿਲਾਂ ਆ ਤਾਂ ਚਾਰ ਤਾਪੇ ਨੇ ਚਾਰ ਆ ਪਏ ਨੇ 4 4 8 ਚਾਰਾਂ ਨੀਚਲੀ ਲਾਈਨ ਚ ਬੈਹਨੇ ਦੇਖੋ ਆ ਪੂਰੀ ਗਿਨ ਲੋ 4 ਆ ਮੈਨੇ 4 ਤੇ 4 8 ਤੇ 4 12 ਤਾਂ ਆ ਹੋ ਗਏ ਤੇ ਉਸ ਤੋਂ ਅਗਲੀ ਲਾਈਨ 'ਚ ਦੇਖੋ 3 ਬਏ ਨੇ 1 2 ਇੱਕੋ ਦੇ ਪਿੱਛੇ ਤੇ 3 ਨਾ ਬਏ ਨੇ 4 4 8 4 12 3 15 ਦੇਖੋ ਪਹਿਲਾ 4 ਤੇ 4 8 ਤੇ ਇੱਕੋ ਦੇ ਪਿੱਛੇ ਸੌਰੀ ਦੁਬਾਰਤੀ ਦੇਖੋ ਪਹਿਲਾ 4 ਆ ਬਏ ਨੇ 4 ਆ ਪਏ ਨੇ 4 ਇਹਦੇ ਨੀਚੇ ਵਾਲੀ ਨੀਚੇ ਵਾਲੀ ਸਭ ਤੋਂ ਪਹਿਲੀ ਲਾਈਨ 'ਚ 12 ਹੋ ਗਏ ਟੋਟਲ ਦੇਖੋ ਸਭ ਤੋਂ نیچے ਵਾਲੀ ਲਾਈਨ 'ਚ 12 ਨੇ ਤੇ ਇਸ ਤੋਂ ਉੱਪਰ ਵਾਲੀ 'ਚ 4 ਨੇ ਇਸ ਤੋਂ ਉੱਪਰ ਵਾਲੀ 'ਚ ਦੇਖੋ 3 ਨੇ ਇਸ ਤੋਂ ਉੱਪਰ ਵਾਲੀ 'ਚ 1 ਨੇ ਕਿਨੋਂ 12 ਤੇ 4 12 ਤੇ 17 19 ਤੇ 1 20 ਨੇ ਜਿਹੇ 'ਚ ਟੋਟਲ ਘੰਨ ਜਿਹੜੇ ਨੇ 20 ਨੇ ਬਟਾ ਠੀਕ ਹੈ ਜੀ ਅੱਗੇ ਹਾਕੀ ਦੀ ਨਰਸਰੀ ਕਿਸ ਨੂੰ ਕਿਹਾ ਜਾਂਦਾ ਹੈ ਕਿਹੜੇ ਪੰਜਾਬ ਦੇ ਕਿਹੜੇ ਪਿੰਡ ਨੂੰ ਹਾਕੀ ਦੀ ਨਰਸਰੀ ਕਹਿੰਦੇ ਨੇ ਸੰਸਾਰਪੁਰ ਨੂੰ ਇਹ ਤਾਂ ਮੈਂ ਬਹੁਤ ਵਾਰੀ ਕਰਵਾਤਾ ਸੰਸਾਰਪੁਰ ਨੂੰ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ਤੇ ਯੋਗਾ ਦੇ ਬਾਰੇ ਇੱਕ ਛੋਟਾ ਜਿਹਾ ਦੱਸਿਆ ਹੈ ਯੋਗਾ টিਚਸ ਯੂ ਹਾਊ ਟੂ ਲਿਸਨ ਯੂਅਰ ਬਾਡੀ ਕਹਿੰਦੇ ਹਰ ਰੋਜ਼ ਯੋਗਾ ਕਰੋ ਤਾਂ ਤੁਸੀਂ ਫਿਟ ਰਹੋਗੇ ਤੇ ਬਾਕੀ ਤੁਹਾਨੂੰ ਜ਼ਿਆਦਾ ਪਤਾ ਹੈ ਜੀ ਕਹਿੰਦਾ ਚੱਕਰ ਨੂੰ ਇੱਕ ਬਿੰਦੂ ਨੂੰ ਛੂ ਕੇ ਜਾਂਦੀ ਰੇਖਾ ਨੂੰ ਕੀ ਕਹਿੰਦੇ ਆ ਜੇ ਚੱਕਰ ਹੈ ਚੱਕਰ ਨੂੰ ਇੱਕ ਰੇਖਾ ਛੂ ਕੇ ਜਾ ਰਹੀ ਹੈ ਤਾਂ ਇਹਨੂੰ ਕਹਿੰਦੇ ਆਪਾਂ ਟੈਂਜੈਂਟ ਟੈਂਜੈਂਟ ਜਾਂ ਸਪਰਸ਼ ਰੇਖਾ ਪੰਜਾਬੀ ਦੇ ਵਿੱਚ ਠੀਕ ਹੈ ਜੀ ਕਹਿੰਦਾ ਅਗਲੇ ਦਾ ਮਿਸਿੰਗ ਨੰਬਰ ਲੱਭੋ ਕੀ ਹੋਊਗਾ ਦੇਖੋ ਅਗਲੇ ਦਾ ਕੀ ਹੋਊਗਾ ਤਾਂ ਸੌਖਾ ਹੀ ਐ ਦੇਖੋ 7 ਨੂੰ 6 ਨਾਲ ਗੁਣਾ ਕਰਾਂਗੇ 42 ਆਊਗਾ 6 ਨੂੰ 6 ਨਾਲ ਗੁਣਾ ਕਰਾਂਗੇ ਮਤਲਬ ਕਿ 6 ਨਾਲ ਗੁਣਾ ਕਰ ਕੀ ਆ ਰਿਹਾ ਐਵੇਂ 9 ਨੂੰ 6 ਨਾਲ ਗੁਣਾ ਕਰਾਂਗੇ 9 6 ਹੁੰਦਾ 54 ਇਹਦਾ ਆਨਸਰ 54 ਆਊਗਾ ਮਨੁੱਖੀ ਆਵਾਜ਼ ਬਕਸੇ ਵਿੱਚ ਕਿੰਨੇ ਵੋਕਲ ਕੋਰਡ ਹੁੰਦੇ ਹਨ ਮਨੁੱਖੀ ਆਵਾਜ਼ ਬਕਸੇ ਵਿੱਚ 2 ਵੋਕਲ ਕੋਰਡ ਹੁੰਦੇ ਹਨ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਕਿੱਥੇ ਐ ਤੁਹਾਨੂੰ ਪਤਾ ਹੋਣਾ ਹੈ ਅੱਜ ਇੱਕ ਦੋ ਦਿਨ ਪਹਿਲਾਂ ਜਿੱਥੇ ਗਲੇਸ਼ੀਅਰ ਫਟਿਆ ਜੀ ਥੈਟ ਇਜ਼ ਉਤਰਾ ਉਤਰਾੰਚਲ ਦੇ ਵਿੱਚ ਜਾ ਕੇ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਜੀ ਹਨ ਠੀਕ ਹੈ ਗੁਰਦੁਆਰਾ ਸ੍ਰੀ ਗੁਰੂ ਹਿਮਕੁੰਟ ਸਾਹਿਬ ਕਿੱਥੇ ਨੇ ਉਤਰਾੰਚਲ 'ਚ ਤੇ ਜਿਹੜੇ ਪੱਤੇ ਦੇ ਵਿੱਚ ਛੋਟੇ ਛੋਟੇ ਬਰੀਕ ਜੇ ਛੇਦ ਹੁੰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਆਪਾ ਸਟੋਮੈਟਾ ਕਹਿੰਦੇ ਆ ਅੱਗੇ ਜੀ ਕਹਿੰਦਾ ਇਹਦੇ ਚ ਕਿਹੜੀ ਕਿਹੜਾ ਚਿੱਤਰ ਸਹੀ ਨਹੀਂ ਹੈ ਇਹ ਦੇਖੋ ਇਹਦੇ ਚ ਵੀ ਆਵੀ ਵਿਆਸ ਦੱਸਦਾ ਵੈ ਸੈਂਟਰ ਚੋਂ ਰੇਖਾ ਨਿਕਲਦੀ ਵੀ ਆਵੀ ਸੈਂਟਰ ਚੋਂ ਰੇਖਾ ਨਿਕਲਦੀ ਵੀ ਇਹਦੇ ਚ ਵੀ ਸੈਂਟਰ ਚੋਂ ਰੇਖਾ ਨਿਕਲਦੀ ਵੀ ਇਹਦੇ ਚ ਵੀ ਇਹਦੇ ਚ ਸੈਂਟਰ ਚ ਨਹੀਂ ਨਿਕਲਦੀ ਵੀ ਆਂਸਰ ਕਲੀਅਰ ਹੈ ਚਲੋ ਸੱਚੀ ਲਗਨ ਅਤੇ ਦ੍ਰਿੜ ਇਰਾਦਾ ਅਤੇ ਸਖਤ ਮਿਹਨਤ ਸਫਲਤਾ ਦੇ ਰਾਜ ਹਨ ਜੇ ਤੁਸੀਂ ਸਫਲ ਹੋਣਾ ਹੈ ਤਾਂ ਸੱਚੀ ਲਗਨ ਕਰੋ ਦ੍ਰਿੜ ਇਰਾਦਾ ਰੱਖੋ ਅਤੇ ਮਿਹਨਤ ਕਰੋ ਉਸ ਲਈ ਠੀਕ ਹੈ ਜੀ ਤਾਂ ਤੁਸੀਂ ਕੋਈ ਵੀ ਚੀਜ਼ ਹਾਸਲ ਕਰ ਸਕਦੇ ਹੋ arrange the following in alpha ਕਹਿੰਦਾ ਇਹਨੂੰ ਡਿਕਸ਼ਨਰੀ ਚ ਦੇਖੀਏ ਤਾਂ ਕਿੱਥੇ ਆਊਗਾ ਦੇਖੋ ਪਹਿਲੇ ਦੋਨਾਂ ਚ ee ਦਾ ਸਾਰਿਆਂ ਚ ent ਦਾ ਸਾਰਿਆਂ ਚ ਹੈ ee n ee n ਤੋਂ ਪਹਿਲਾਂ ee ਸਾਰਿਆਂ ਚ ee n ਤੋਂ ਪਹਿਲਾਂ f ਆਉਂਦਾ ਆਊਗਾ ਆਨਸਰ ਬਸ ਇਦਾਂ ਹੀ ਹਵਾ ਮਹਿਲ ਕਿੱਥੇ ਹੈ ਤਾਂ ਸਾਰਿਆਂ ਨੂੰ ਪਤਾ ਹੋਣਾ ਹਵਾ ਮਹਿਲ ਦੇਖਿਆ ਹੋਣਾ ਸਾਰਿਆਂ ਨੇ ਰਾਜਸਥਾਨ ਚ ਹੈ ਜੀ ਐਜ ਹੈ ਜੀ ਹਵਾ ਮਹਿਲ ਡੈਸਕਟਾਪ ਦੇ ਹੇਠਲੇ ਪਾਸੇ ਜਦੋਂ ਦੇਖਿਆ ਹੋਣਾ ਤੁਸੀਂ ਆਹ ਕੰਪਿਊਟਰ ਦੀ ਡੈਸਕਟਾਪ ਸਕਰੀਨ ਹੈ ਇਹਦੇ ਪਾਸੇ ਇੱਕ نیچے ਇੱਥੇ ਇੱਕ ਸਟਾਰਟ ਲਿਖਿਆ ਹੁੰਦਾ ਹੈ ਆ ਬਾਰ ਨੂੰ ਕੀ ਕਹਿੰਦੇ ਨੇ ਇਹਨੂੰ ਆਪਾਂ ਟਾਸਕ ਬਾਰ ਕਹਿੰਦੇ ਆ ਜੀ ਟਾਸਕ ਬਾਰ ਅਗਲਾ ਹਿੰਦ ਦੀ ਚਾਦਰ ਕਿਹੜੇ ਗੁਰੂ ਸਾਹਿਬਾਨ ਨੂੰ ਕਿਹਾ ਜਾਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਹ ਨੌਵੇਂ ਗੁਰੂ ਸਨ ਇਹਨਾਂ ਨੇ Hindu ਧਰਮ ਦੀ ਰੱਖਿਆ ਲਈ ਸ਼ਹੀਦ ਹੋ ਗਏ ਸਨ ਤਾਰ ਕਿ ਇਹਨਾਂ ਨੂੰ ਹਿੰਦ ਦੀ ਚਾਦਰ ਵੀ ਕਹਿੰਦੇ ਹਨ ਕਹਿੰਦਾ ਕਿਹੜੀ ਹੈ ਜੀ ਸਹਾਇਤਾ ਜਿਹੜੋ ਸਟਾਰਟਿੰਗ ਦੇ ਵਿੱਚ ਜਿਹੜੀ ਡਾਕਟਰ ਦੇ ਆਉਣ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਥੈਟ ਇਜ਼ ਕਾਲਡ ਫਰਸਟ ਏਡ ਮਿਊਚੁਅਲੀ ਸਹਾਇਤਾ ਠੀਕ ਹੈ ਜੀ ਕਹਿੰਦਾ ਪੰਜ ਅੱਖਰ ਵੱਖ-ਵੱਖ ਅੰਕਾਂ ਦਾ ਪ੍ਰਯੋਗ ਕਰਕੇ ਜੇ ਤਾਂ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੁੰਦੀ ਫੇ ਤਾਂ ਐ ਬਟ ਇੱਥਾ ਚਾਰੋਂ ਅੰਕ ਇੱਕੋ ਜਿਹੇ ਨਹੀਂ ਕਹਿੰਦਾ ਜੇ ਪੰਜੋਂ ਅੰਕ ਅਲੱਗ-ਅਲੱਗ ਹੋਣ ਤਾਂ ਉਹ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੋਊਗੀ ਇਹਦੇ ਚ ਦੇਖੋ ਆਹ ਤਾਂ ਨਹੀਂ ਹੋ ਸਕਦੀ ਆਹ ਪੰਜ ਅੱਖਰਾਂ ਦੀ ਹੈ ਨਹੀਂ ਇਹ ਤਾਂ ਚਾਰ ਅੱਖਰਾਂ ਦੀ ਹੈ ਹੁਣ ਯਾ ਤਾਂ ਆਊਗੀ ਆ ਇਹ ਚ ਦੇਖੋ ਕਿਹੜੀ ਛੋਟੀ ਹੈ ਆਹ ਛੋਟੀ ਹੈ ਠੀਕ ਹੈ ਜੀ ਤੇ ਅਗਲਾ ਕਹਿੰਦੇ ਨੇ ਅਗਲਾ ਥੁੱਡਾ ਵਿਚਾਰ ਹੈਗਾ ਘਰ ਚ ਰੋ ਕਹਿੰਦਾ ਸੁਰੱਖਿਅਤ ਰੋ ਕਿਉਂਕਿ ਕਰੋਨਾ ਕਰਕੇ ਚੱਲਦਾ ਪਿਆ ਦੌਰ ਹਜੇ ਵੀ ਕਹਿੰਦੇ ਘਰ ਚ ਰੋ ਜੇ ਬਾਹਰ ਜਾਣਾ ਤਾਂ ਮਾਸਕ ਪਾ ਕੇ ਜਾਓ ਜੀ ਹਜੇ ਹਜੇ ਕਰੋਨਾ ਖਤਮ ਨਹੀਂ ਹੋਇਆ ਉਹਦੇ ਬਾਰੇ ਹੈ ਨੈਕਸਟ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਸਿੱਖਾਂ ਦੇ ਕਿੰਵੇਂ ਗੁਰੂ ਸਨ ਇਹ ਆਪਣੇ ਨੌਵੇਂ ਗੁਰੂ ਸਨ ਦਸਵੇਂ ਗੁਰੂ ਕੌਣ ਸੀਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਗੁਰੂ ਕੌਣ ਸੀਗੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਵੇਂ ਗੁਰੂ ਕੌਣ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਜੀ ਅਗਲਾ ਕਹਿੰਦਾ ਇਹਨੂੰ ਫਿੱਟ ਕਰੋ ਦੱਸੋ ਇੱਥੇ ਕਿਹੜਾ ਆਊਗਾ ਦੇਖੋ ਪਹਿਲਾਂ ਤਾਂ ਚੱਕਰ ਆਊਗਾ ਐਵੇਂ ਫਿਰ ਉਸ ਤੋਂ ਬਾਅਦ ਇੱਕ ਹੋਰ ਆਊਗਾ ਇਹਦੇ ਵਿੱਚ ਦੋ ਤ੍ਰਿਭੁਜ ਬਣੇ ਹੋਣਗੇ ਦੇਖੋ ਕਿਹੜੇ ਬਣੇ ਹੋਣਗੇ ਦੋ ਤ੍ਰਿਭੁਜ ਉਹਨਾਂ ਦਾ ਮੂੰਹ ਕਿੱਧਰ ਨੂੰ ਹੋਊਗਾ ਉਹਦੇ ਸਾਹਮਣੇ ਵੱਲ ਨੂੰ ਸੱਸਾ ਆਜੂਗਾ ਤੁਹਾਡਾ ਇਹਦਾ ਅਨਸਰ ਦੇਖੋ ਸਹੀ ਹੈ ਭਾਰਤੀ ਖੇਡ ਇਤਿਹਾਸ ਵਿੱਚ ਕਿਹੜੇ ਖਿਡਾਰੀ ਨੂੰ ਫਲਾਈਂਗ ਸਿੱਖ ਕਿਹਾ ਜਾਂਦਾ ਹੈ ਫਲਾਈਂਗ ਸਿੱਖ ਕਿਹਨੂੰ ਕਹਿੰਦੇ ਨੇ ਵਿਲਮ ਵੀ ਆਈ ਸੀਗੀ ਮਿਲਖਾ ਸਿੰਘ ਨੂੰ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਕਿਹਾ ਜਾਂਦਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫ਼ਤਰ ਕਿੱਥੇ ਹੈ ਮੋਹਾਲੀ ਵਿੱਚ ਤੇ ਜਿਹੜੇ ਸ਼ਬਦਾਂ ਵਿੱਚ ਮਨੁੱਖ ਵਸਤੂ ਜਾਂ ਥਾਂ ਆਦਿ ਦਾ ਪਤਾ ਚੱਲਦਾ ਉਹਨੂੰ ਆਪਾਂ ਆਮ ਨਾਂ ਕਹਿੰਦੇ ਹਾਂ ਠੀਕ ਹੈ ਜੀ ਕਹਿੰਦਾ ਇਹਦੇ 'ਚ ਦੱਸੋ ਕਿਹੜਾ ਇਹਦੇ 'ਚ ਪੂਰੇ ਦਾ ਪੂਰਾ ਇਹਦੇ ਅੰਦਰ ਫਿੱਟ ਹੋ ਕੇ ਫਿੱਟ ਹੋ ਜਾਊਗਾ ਤੇ ਵਰਗ ਬਣ ਜਾਊਗਾ ਦੇਖੋ ਆ ਫਿੱਟ ਨਹੀਂ ਹੋਣਾ ਆ ਜਾ ਕੇ ਇਹਦੇ ਚ ਇਹਦੇ ਚ ਫਿੱਟ ਕਰਕੇ ਦੇਖ ਲਓ ਜੀ ਪੂਰੇ ਦਾ ਪੂਰਾ ਫਿੱਟ ਹੋਊਗਾ ਤਾਂ ਪੂਰਾ ਇਹਨੂੰ ਇੱਥੇ ਫਿੱਟ ਕਰਕੇ ਦੇਖ ਲਓ ਨੇ ਪੂਰਾ ਵਰਗ ਬਣ ਜਾਣਾ ਅੰਦਰ ਠੀਕ ਹੈ ਜੀ ਚੱਲੀਏ ਮਿਹਨਤ ਨਾਲ ਆ ਇੱਕ ਹੋਰ ਵਿਚਾਰ ਹੈ ਜੀ ਮਿਹਨਤ ਨਾਲ ਮਨ ਸਾਫ਼ ਸ਼ਰੀਰ ਸੁਤੰਦਰੁਸਤ ਦਿਲ ਮਜ਼ਬੂਤ ਅਤੇ ਜੇ ਭਰੀ ਰਹਿੰਦੀ ਹੈ ਕੱਲ ਵੀ ਸਹੀ ਹੈ ਜੇ ਮਿਹਨਤ ਕਰਾਂਗੇ ਤਾਂ ਮਨ ਸਾਫ਼ ਰਹੂਗਾ ਸ਼ਰੀਰ ਤੰਦਰੁਸਤ ਰਹੂਗਾ ਦਿਲ ਵੀ ਮਜ਼ਬੂਤ ਰਹੂਗਾ ਤੇ ਜੀਬ ਕਿਉਂਕਿ ਮਿਹਨਤ ਕਰਾਂਗੇ ਤਾਂ ਪੈਸਾ ਕਮਾਵਾਂਗੇ ਤਾਂ ਜੀਬ ਵੀ ਭਰੀ ਰਹੂਗੀ ਜੀ ਗੁਰਤੇਗ ਭਦਰ ਜੀ ਦੀ ਮਾਤਾ ਦਾ ਨਾਮ ਕੀ ਸੀ ਥੈਟ ਇਜ਼ ਮਾਤਾ ਨਾਨਕੀ ਸੀਗੀ ਇਹਨਾਂ ਦੀ ਮਾਤਾ ਦਾ ਨਾਮ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ بیٹے ਦਾ ਕੀ ਨਾਮ ਸੀਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦਾ ਇਹਨਾਂ ਨੂੰ ਇਸ ਤਰ੍ਹਾਂ ਜੋੜੋ ਲੜੀ ਬਣਾ ਕਰੋ ਕਿ ਕੋਈ मीनिंगफुल ਅੱਖਰ ਬਣ ਜੇ ਦੇਖੋ ਇੱਥੋਂ ਆ ਬਣੂਗਾ ਨੇਚਰ N A T U R E ਦੇ ਕੋ ਆ ਅੱਖਰ ਬਣੂਗਾ ਇਹਨੂੰ ਪਹਿਲਾ ਐਨ ਦਾ 4 ਹੈ 3 ਟੀ ਦਾ ਹੈ 2 ਯੂ ਦਾ ਹੈ 5 ਆਰ ਦਾ 1 ਈ ਦਾ 6 ਆਨਸਰ ਬਣੂਗਾ ਚੱਲੀਏ ਅੱਗੇ ਜੀ 2020 ਆਪਾਂ ਨੂੰ ਪਤਾ ਲੀਪ ਦਾ ਸਾਲ ਹੈ ਕਿਉਂ ਲੀਪ ਦਾ ਸਾਲ ਹੈ ਕਿਉਂਕਿ ਸੀਗਾ ਇਹਨੂੰ 4 ਨਾਲ ਭਾਗ ਹੁੰਦਾ ਇਹਦੇ ਵਿੱਚ ਕੁਝ ਨਹੀਂ ਬਚਦਾ ਇਸ ਤੋਂ ਅਗਲਾ ਕੀ ਆਊਗਾ ਲੀਪ ਦਾ ਸਾਲ ਇਹਦੇ 'ਚ 4 ਜੋੜ ਦੋ ਇਹ 4-4 ਦੇ ਮਲਟੀਪਲ ਹੁੰਦੇ ਨੇ ਇੱਥੇ 4 ਜੋੜ ਦਾਂਗੇ 2024 ਅਗਲਾ ਲੀਪ ਦਾ ਸਾਲ ਹੋਊਗਾ ਜੀ ਠੀਕ ਹੈ ਜੀ ਲੱਗਿਆ ਕਲੀਅਰ ਹੈ ਜੀ ਉਸ ਤੋਂ ਅਗਲਾ ਜੇਕਰ ਵਿਅਕਤੀ ਨੂੰ ਪੀਲੀਆ ਹੋ ਜਾਂਦਾ ਹੈ ਤਾਂ ਉਸ ਦਾ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ ਜੇ ਕਿਸੇ ਨੂੰ ਜੌਂਡਿਸ ਹੋ ਜਾਂਦਾ ਹੈ ਤਾਂ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ ਜਿਗਰ ਪ੍ਰਭਾਵਿਤ ਹੁੰਦਾ ਹੈ ਲੀਵਰ ਪ੍ਰਭਾਵਿਤ ਹੁੰਦਾ ਹੈ ਜੇ ਕਿਸੇ ਨੂੰ ਜੌਂਡਿਸ ਹੋ ਜਾਂਦਾ ਹੈ ਜੈ ਹਿੰਦ ਦਾ ਨਾਰਾ ਕਿਸ ਨੇ ਦਿੱਤਾ ਸੀਗਾ ਸੁਭਾਰ ਚੰਦਰ ਬੋਸ ਨੇ ਜੈ ਹਿੰਦ ਦਾ ਨਾਰਾ ਦਿੱਤਾ ਸੀਗਾ ਠੀਕ ਹੈ ਜੀ ਇਸ ਕਲੀਅਰ ਹੈ ਕਹਿੰਦਾ ਇਹਦੇ ਵਿੱਚ ਦੱਸੋ ਕਹਿੰਦਾ ਦੋ ਚੱਕਰ ਸੀਗੇ ਇਹਨੂੰ ਇਹਨੂੰ ਇੱਧਰ ਤੇ ਇੱਧਰ ਜਾ ਕੇ ਜੋੜਤਾ ਤਾਂ ਆ ਬਣ ਗਿਆ ਐਵੇਂ ਹੀ ਜੇ ਨੂੰ ਇੱਧਰ ਤੇ ਇੱਧਰ ਜੋੜਾਂਗੇ ਤਾਂ ਆ ਬਣ ਜੂਗਾ ਦੇਖੋ ਠੀਕ ਹੈ ਜੀ ਕਲੀਅਰ ਹੈ ਅਗਲਾ ਮਿਹਨਤ ਉਹ ਚਾਬੀ ਹੈ ਜੋ ਸਫਲਤਾ ਦਾ ਦਰਵਾਜਾ ਖੋਲ ਦਿੰਦੀ ਹੈ ਤਾਂ ਬਹੁਤ ਜ਼ਰੂਰੀ ਹੈ ਜੀ ਜੇ ਮਿਹਨਤ ਕਰੋਗੇ ਤਾਂ ਹੀ ਸਫਲ ਹੋਣਾ ਸਾਰਿਆਂ ਨੇ ਠੀਕ ਹੈ ਜੀ ਅਗਲਾ ਦੇਖੋ ਘਰਾਂ ਵਿੱਚ ਵਰਤਨ ਵਾਲੇ ਜਿਹੜੇ ਆਪਾਂ ਘਰਾਂ 'ਚ ਸ਼ੀਸ਼ਾ ਦੇ ਦਿੰਦੇ ਆ ਉਹ ਕਿਹੜਾ ਦਰਪਨ ਹੁੰਦਾ ਉਹ ਸਮਤਲ ਦਰਪਨ ਹੁੰਦਾ ਹੈ ਕੀਰਤ ਕਰੋ ਨਾਮ ਜਪੋ ਵੰਡ ਛਕੋ ਇਹ ਕਿਨੇ ਕਿਹਾ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕੀਰਤ ਕਰੋ ਨਾਮ ਜਪੋ ਵੰਡ ਛਕੋ Google ਕੀ ਹੈ Google ਇੱਕ ਸਰਚ ਇੰਜਨ ਹੈ ਜੀ ਇਸ ਤੋਂ ਕੋਈ ਵੀ ਚੀਜ਼ ਆਪਾਂ ਸਰਚ ਕਰ ਸਕਦੇ ਆਂ ਬਸ ਇਹ ਅੱਜ ਲਈ ਇੰਨਾ ਹੀ ਕਾਫੀ ਹੈ ਦੇਖੋ ਮੇਰੇ ਖਿਆਲ ਨਾਲ 30 ਕ ਕੁਐਸਚਨ ਹੋ ਗਏ ਬਾਕੀ ਆਪਾਂ ਕੱਲ ਕਰਾਂਗੇ ਇਹਨੂੰ ਦੁਹਰਾਈ ਕਰੋ ਜੀ ਇਹਨੂੰ ਲਿਖ ਲਓ ਵੱਧ ਤੋਂ ਵੱਧ ਇਹ ਕੁਸ਼ਨ ਨੂੰ ਕਾਪੀ ਦੇ ਨਾਲ ਦੇ ਨਾਲ ਲਿਖ ਕੇ ਇੱਕ ਵਾਰੀ ਦੁਹਰਾਈ ਕਰੋ ਠੀਕ ਹੈ ਜੀ ਸਾਰਿਆਂ ਨੂੰ ਆਲ ਦੀ ਵੈਸਟ ਜੇ ਵੀਡੀਓ ਪਸੰਦ ਆਏਵੇ ਤਾਂ ਲਾਈਕ ਕਰੋ ਤੇ ਜੇ ਜਿਹੜੀ ਕੋਈ ਗਲਤੀ ਹੈ ਇਹਦੇ 'ਚ ਉਹ ਜਰੂਰ ਦੱਸੋ ਤਾਂ ਕਿ ਮੈਂ ਨੈਕਸਟ ਵੀਡੀਓ 'ਚ ਉਹ ਗਲਤੀ ਉਹ ਨਾ ਕਰਾਂ ਕਿਉਂਕਿ ਆਫਟਰ ਆਲ ਆਈ ਐਮ ਆਲਸੋ ਅ ਹਿਊਮਨ ਬੀਿੰਗ ਕਿਤਨਾ ਕਿਤਨਾ ਗਲਤੀ ਹੋ ਸਕਦੀ ਹੈ ਕੁਛ ਐ ਜਾ ਹੋ ਸਕਦਾ ਕਿਉਂਕਿ ਜਰਨਲ ਨੌਲੇਜ ਐਨੀ ਵਾਸਟ ਹੈ ਗਲਤੀ ਹੋਣ ਦੇ ਪੂਰੇ ਚਾਂਸਸ ਨੇ ਫਿਰ ਵੀ ਦੱਸੋ ਜੀ ਠੀਕ ਹੈ ਜੀ ਥੈਂਕ ਯੂ ਹੈਵ ਅ ਨਾਈਸ ਡੇ